ਚਲਾ ਪਿੱਤਲ ਦਾ ਸੇਬ ਹੁੰਦਾ ਸੁਰਖੀ ਲਾ ਲੂ ਕੇ ਆਪਣੇ ਵੱਲੋਂ ਫਿੱਟ ਹੋ ਕੇ ਆ ਕੇ ਬੈਠੀ ਹੈ ਵਾਹ ਰੇ ਵਾਹ ਤੁਰ ਫਿੱਟੇ ਮੂੰਹ ਕਿਸ ਤਰ੍ਹਾਂ ਦਾ ਸਾਥ ਗੁਜ਼ਰਿਆ ਵਾਲਦ ਸਾਹਿਬ ਦੇ ਨਾਲ ਬਹੁਤ ਅੱਛਾ ਟਾਈਮ ਗੁਜ਼ਰਾ ਵਾਲਦ ਸਾਹਿਬ ਬਹੁਤ ਅਜ਼ੀਮ ਇਨਸਾਨ ਥੇ ਲੈਜੈਂਡਰੀ ਆਰਟਿਸਟ ਤੋਂ ਥੇ ਹੀ ਮਗਰ ਵਾਲਦ ਬਹੁਤ ਅੱਛੇ ਥੇ ਇਨਸਾਨ ਬਹੁਤ ਅੱਛੇ ਥੇ ਮਾਸ਼ਾਅੱਲਾ ਵਾਲਾਂ ਵਾਲੀ ਕਿਰਲੀ ਹੁੰਦੀ ਹੈ ਤੁਸੀਂ ਵੱਡੇ ਹੋ ਅਤੇ ਨਾਲ ਮੈਨੂੰ ਜੁਗਤਾਂ ਵੀ ਕਰ ਰਹੇ ਹੋ ਮਾਸ਼ਾਅੱਲਾ ਭੈਣ ਨਿੱਕੀ ਭੈਣ ਆ ਅਤੇ ਖਾਨ ਸਾਹਿਬ ਦੇ ਬੱਚੇ ਆ ਮਾਸ਼ਾਅੱਲਾ ਗਲਾਸਗੋ ਦਾ ਮਰਾਸੀ ਹੁੰਦਾ ਮਰਾਸੀ ਕਿਹਾ ਜੋ ਮਰਜ਼ੀ ਕੋਈ ਜਗ੍ਹਾ ਤਾਂ ਚੰਗੀ ਹੈ ਨਾ ਉੱਠ ਇੱਥੇ ਆ ਵਿੱਚ ਸੱਜ ਕੇ ਬੈਠੀ ਮੇਰੀ ਨਾ ਬਾਂਹ ਮੇਰੀ ਬਾਂਹ ਦੁਖਦੀ ਹੈ ਨਾ ਕਮਜ਼ੋਰ ਮਾਸ਼ਾਅੱਲਾ ਮੇਰੀ ਭੈਣ ਇੰਨੀ ਮਨਮੋਜੀ ਭੈਣ ਸਿਰ 'ਚ ਖੁਰਕ ਕਰਦੀ ਵੀ ਅਤੇ ਹੱਥ 'ਚ ਆ ਗਏ ਜੂੰ ਤੇ ਕਰਦੀ ਆਏ ਜਾ ਮੌਜ ਕਰ ਤਾਂ ਸਿਰ 'ਚ ਫਿਰ ਪਾਤੀ ਪਾਠੀ ਤਾਂ ਫਿੱਕੀ ਜੁਗਦੀ ਐਫ ਆਈ ਆਰ ਕੋਈ ਨਹੀਂ ਹੁੰਦੀ ਅੱਲਾ ਮਾਫ ਕਰੇ ਤੁਸੀਂ ਤਾਂ ਤੁਸੀਂ ਤਾਂ ਤੁਸੀਂ ਤਾਂ ਸਾਰੇ ਮੈਨੂੰ ਪੈ ਗਏ ਹੋ ਮਾਸ਼ਾਅੱਲਾ ਪਾਨ ਖਾਣ ਵਾਲਾ ਸੱਪ ਹੁੰਦਾ ਵਾਹ ਰੇ ਵਾਹ ਇਸ ਤੋਂ ਪਹਿਲੇ ਮੇਰੀ ਹੋਰ ਬੇਇੱਜ਼ਤੀ ਹੋਵੇ ਮੈਂ ਇਹਨਾਂ ਨੂੰ ਰਹਿਤੋਂ ਇੱਕ ਦਿਨ ਇਹਨਾਂ ਨੂੰ ਪੈਸੇ ਦਿੱਤੇ 2 ਕਿਲੋ ਦਹੀਂ ਲਾਇਆ ਆਪਣਾ ਹੈਟ ਫੜੀ ਲਈ ਇਹ ਵਾਲੇ ਸਾਹਿਬ ਦਾ ਹੈਟ ਏ ਰਾਹ 'ਚ ਜਨਾਜ਼ਾ ਜਾਣ ਡਿਆ ਸੀ ਤੇ ਪਿੱਛੇ ਲਮਕ ਗਈ ਕਹਿੰਦੀ ਅਗਲੇ ਚੌਂਕ 'ਚ ਮੈਨੂੰ ਵੀ ਲਾ ਦੇਣਾ ਵਾਹ ਰੇ ਵਾਹ ਰੇ ਵਾਹ ਵਾਹ ਰੇ ਵਾਹ ਵਾਹ ਹਾਂਜੀ ਜੀ ਹੁਣ ਦੱਸੋ ਮਾਸ਼ਾਅੱਲਾ ਮਾਨ ਸਾਹਿਬ ਦਾ ਤੇ ਬਹੁਤ ਆ ਰਿਹਾ ਤੇ ਮੇਰਾ ਸਾਰਾ ਜਾ ਰਿਹਾ ਵਾਹ 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 ਮਾਨ ਸਾਹਿਬ ਦਾ ਕਿਹੋ ਜਿਹਾ ਮੂੰਹ ਇਹਦਾ ਮਾਸ਼ਾਅੱਲਾ ਕਿੱਡੀ ਸੋਹਣੀ ਕੁੜੀ ਹੈ ਅੱਖਾਂ ਕਿੱਡੀਆਂ ਮੋਟੀਆਂ ਮੋਟੀਆਂ ਸੋਹਣੀ ਕੁੜੀ ਲੱਗਦੀ ਹੈ ਇਹੋ ਜਿਹੀਆਂ ਕੁੜੀਆਂ ਨੂੰ ਨਾ ਲੱਸੀ 'ਚ ਕਰੰਟ ਪੈ ਜਾਂਦਾ ਤੂੰ ਦੱਸ ਇਹਨਾਂ ਦੀ ਸ਼ਕਲ ਵੇਖੀਏ ਕਿੰਨੀ ਸੋਹਣੀ ਹੈ ਜਨ ਬਿਮਾਰ ਸ਼ਿਲਪਾ ਸ਼ੈਟੀ ਹੁੰਦੀ ਹੈ ਸਦਕੇ ਦੀ ਸਿਰੀ ਹੁੰਦੀ ਹੈ ਇਹਨਾਂ ਦੀ ਸ਼ਕਲ ਵੇਖੀਏ ਯੂਫੋਨ ਦੇ ਇਸ਼ਤਿਹਾਰ ਵਰਗੀ ਸ਼ਕਲ ਹੈ ਇਹਨਾਂ ਦੀ ਇਹ ਤੂੰ ਨੈਟ ਤੋਂ ਪੜੀ ਹੈ ਨਾ ਇੱਕ ਦਿਨ ਨਾ ਗਟਰ 'ਚ ਡਿੱਗ ਗਈ ਮੈਂ ਕਿਹਾ ਲਿਆ ਤੈਨੂੰ ਬਾਹਰ ਕੱਢਾਂ ਕਹਿੰਦੀ ਨਹੀਂ ਸ਼ੈਂਪੂ ਫੜਾ ਦੇ ਮਾਸ਼ਾਅੱਲਾ ਟੈਡੀ ਬੱਕਰੀ ਹੁੰਦੀ ਹੈ ਮਾਸ਼ਾਅੱਲਾ ਟੈਡੀ ਬੱਕਰੀ ਹੈ ਗਟਰ ਦੇ ਕੋਲ ਸਿਰ ਤੇ ਹੱਥ ਰੱਖ ਕੇ ਬੈਠੀ ਮੈਂ ਕਿਹਾ ਕੀ ਹੋਇਆ ਕਹਿੰਦੀ ਡੱਡੂ ਗਾਲ ਕੱਟ ਕੇ ਨੱਸ ਗਿਆ ਬੜੀ ਮਿਹਰਬਾਨੀ ਤੁਹਾਡੇ ਦੋਵਾਂ ਦੀ ਹੁਣ ਅਸੀਂ ਨਵਾਂ ਟੋਲਾ ਲਿਆਵਾਂਗੇ ਇੱਥੇ ਵੇਖੋ ਉਹਨਾਂ 'ਚੋਂ ਕੌਣ ਜਿੱਤੇਗਾ ਚਲੋ ਬੇਟਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ